ਪੰਜਾਬ ਵੱਲੋਂ ਆ ਕੇ ਸਾਡੀ ਭਰਤੀ ਜਿਹੜੀ ਆ ਸਰਕਾਰ ਦੇ ਇਸ਼ਾਰਿਆਂ ਦੇ ਕੋਰਟ ਦੇ ਵਿੱਚ ਰੱਦ ਕਰ ਦਿੱਤੀ ਗਈ ਹੈਗੀ ਜਿਹਦੇ ਖਿਲਾਫ ਅੱਜ ਅਸੀਂ ਪ੍ਰਦਰਸ਼ਨ ਕਰ ਰਹੇ ਸੀ ਰੋਜ਼ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤਾਂ ਇਹਨਾਂ ਨੇ ਇਹ ਭਗਵੰਤ ਮਾਨ ਦੀ ਸਰਕਾਰ ਦੇਖੋ ਫੋਰਸ ਲਾ ਕੇ ਧੱਕੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਖੁਦ ਹੀ ਚੁੱਲ੍ਹੇ ਬੁਝਾ ਕੇ ਲੱਗ ਗਿਆ ਵੱਡਾ ਝੂਠਾ ਨੇ ਸੀਐਮ ਹੋਇਆ ਪੰਜਾਬ ਦਾ ਅਸੀਂ ਕਿਸੇ ਵੀ ਕੀਮਤ ਤੇ ਜਿਹੜੀ ਇਹ ਭਰਤੀ ਰੱਦ ਨਹੀਂ ਹੋਣ ਦੇਵਾਂਗੇ ਹਰ ਹਾਲ ਸੁਣਾਂਗੇ ਤੇ ਭਗਵੰਤ ਮਾਨ ਦੇ ਨੇ ਸਰਕਾਰ ਐਕਸਪੋਜ਼ ਹੋ ਚੁੱਕੀ ਹੈ ਕਿ ਇਹ ਕਿਵੇਂ ਜਿਹੜੀ ਲੋਕ ਵਿਰੋਧੀ ਹੈ ਸਿੱਖਿਆ ਵਿਰੋਧੀ ਹੈ ਇਹਨੇ ਪੂਰੀ ਸਾਡੀਆਂ ਨੌਕਰੀਆਂ ਖੋਲੀਆਂ ਪਿਛਲੀਆਂ ਨੌਕਰੀਆਂ ਖੋਲੀਆਂ ਸਾਡੀਆਂ ਜਿਹੜੀਆਂ